ਅੱਜ ਪਿੰਡ ਵਖਤਗੜ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਸਿੱਖ ਵੀਰ ਨੇ ਮੁਸਲਮਾਨ ਵੀਰਾਂ ਦੇ ਲਈ ਜਗ੍ਹਾ ਜਿਹੜੀ ਆ ਮਸਜਿਦ ਲਈ ਬਣਾਉਣ ਦੇ ਲਈ ਦਾਨ ਦੇ ਵਿੱਚ ਦਿੱਤੀ ਆ ਮੈਨੂੰ ਇਹ ਹੋਇਆ ਕਿ ਸਾਡੇ ਪਿੰਡ ਦੇ ਵਿੱਚ ਵੀ ਇਹਨਾਂ ਮੁਸਲਮਾਨ ਭਰਾਵਾਂ ਦੇ ਲਈ ਰੱਬ ਦਾ ਨਾਮ ਲੈਣ ਵਾਸਤੇ ਕੋਈ ਜਗ੍ਹਾ ਚਾਹੀਦੀ ਆ ਸਾਡੇ ਕੋਲ ਜਗ੍ਹਾ ਸੀ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਇਹਨਾਂ ਨੂੰ ਇਹ ਮੁਫਤੇ ਵਿੱਚ ਮਸਜਿਦ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਕਿਸੇ ਮਨੁੱਖ ਤੋਂ ਮਤਲਬ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਚਾਹੀਦਾ ਸਿੱਖਾਂ ਨੂੰ ਮੁਸਲਮਾਨਾਂ ਤੋਂ ਮੁਸਲਮਾਨਾਂ ਨੂੰ ਸਿੱਖਾਂ ਤੋਂ ਸਿੱਖਾਂ ਨੂੰ ਗੁਰਦੂਆਂ ਤੋਂ ਕੋਈ ਖਤਰਾ ਨਹੀਂ ਆਪਸ ਦੇ ਅੰਦਰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਜੋ ਚੱਲਿਆ ਆ ਰਿਹਾ ਹੈ ਉਹਦੇ ਅੰਦਰ ਹੋਰ ਇਹ ਸਾਂਝ ਵਧੀ ਹੈ ਕੋਈ ਕਟਈ ਨਹੀਂ ਹੈ ਔਵਲਾ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਪਨਲੇ ਕੋ ਮੰਦੇ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦੇ ਬਣਾਏ ਹੋਏ ਆ ਤੇ ਸਾਰੇ ਰਲ ਮਿਲ ਕੇ ਸਾਨੂੰ ਰਹਿਣਾ ਚਾਹੀਦਾ ਅੱਜ ਪਿੰਡ ਬਖਤਗੜ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਸਿੱਖ ਵੀਰ ਨੇ ਮੁਸਲਮਾਨ ਵੀਰਾਂ ਦੇ ਲਈ ਮਸਜਿਦ ਜਿਹੜੀ ਦਾਣ ਦਿੱਤੀ ਆ ਜਗਾ ਜਿਹੜੀ ਆ ਮਸਜਿਦ ਲਈ ਬਣਾਉਣ ਦੇ ਲਈ ਦਾਣ ਦੇ ਵਿੱਚ ਦਿੱਤੀ ਆ ਇਤਿਹਾਸ ਵੀ ਰਿਹਾਗਾ ਕਿ ਗੁਰੂ ਰਾਮਦਾਸ ਜੀ ਨੇ ਹਰਮੰਦਰ ਸਾਹਿਬ ਦੀ ਨਹੀਂ ਇੱਕ ਮੁਸਲਮਾਨ ਮੀਆਂ ਵੀਰ ਤੋਂ ਰਖਵਾਈ ਸੀ ਤੇ ਉਸੇ ਨੂੰ ਮੰਨਦੇ ਹੋਏ ਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ ਉਸੇ ਨੂੰ ਮੰਨਦੇ ਹੋਏ ਸੰਗਤ ਅੱਜ ਵੀ ਰਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਆਪਸ ਵਿੱਚ ਪਿੰਡਾਂ ਦੇ ਵਿੱਚ ਰਹਿੰਦੀ ਆ ਭਾਵੇਂ ਕੀ ਲੀਡਰ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਪਰ ਗਰਾਊਂਡ ਤੇ ਹਾਲਾਤ ਇਹ ਆ ਕਿ ਗਰਾਊਂਡ ਤੇ ਜਿਹੜੇ ਸਿੱਖ ਮੁਸਲਮਾਨ ਈਸਾਈ ਹਿੰਦੂ ਸਾਰੇ ਰਲ ਮਿਲ ਕੇ ਰਹਿੰਦੇ ਆ ਆਪਸੀ ਭਾਈਚਾਰਾ ਦੇ ਨਾਲ ਰਹਿੰਦੇ ਆ ਇੱਕ ਦੁੱਖ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਤੇ ਅੱਜ ਇੱਕ ਬਹੁਤ ਸੋਹਣੀ ਆ ਗੱਲ ਹੋਈ ਆ ਕਿ ਇੱਕ ਬਖਤਗੜ ਪਿੰਡ ਦੇ ਵੀਰ ਨੇ ਸਿੱਖ ਵੀਰ ਨੇ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਦੇ ਲਈ ਜਗਾ ਜਿਹੜੀ ਜਿਹੜੀ ਜਗਾ ਦੇ ਵਿੱਚ ਆਪਾਂ ਖੜੇ ਆ ਇਹ ਦਾਣ ਦੇ ਵਿੱਚ ਦਿੱਤੀ ਆ ਕਿ ਇੱਥੇ ਤੁਸੀਂ ਆਪਣੀ ਮਸਜਿਦ ਜਿਹੜੀ ਬਣਾ ਸਕਦੇ ਹੋ ਤਾਂ ਇੱਕ ਬਹੁਤ ਚੰਗੀ ਸੋਚ ਬਾਈ ਹੁਣਾਂ ਦੀ ਆ ਕਿ ਮੁਸਲਮਾਨ ਵੀਰਾਂ ਦੀ ਜਿਹੜੀ ਇਹਨਾਂ ਨੇ ਜਗਾ ਦਿੱਤੀ ਆ ਰਲ ਮਿਲ ਕੇ ਰਹਿਣ ਦਾ ਆਦੇਸ਼ ਦਿੱਤਾ ਸਾਂਝੀ ਵਾਲਤਾ ਦਾ ਆਦੇਸ਼ ਦਿੱਤਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਉਸੇ ਨੂੰ ਅੱਜ ਕੱਲ੍ਹ ਸੰਗਤ ਆ ਜਿਹੜੀ ਮੰਨ ਰਹੀ ਆ ਬਹੁਤ ਬੜੇ ਪਿਆਰ ਮੁਹੱਬਤ ਦੇ ਨਾਲ ਆਪਸ ਵਿੱਚ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਇੱਕ ਦੂਜੇ ਦੇ ਗਮੀ ਤੇ ਖੁਸ਼ੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼੍ਰੀਕ ਹੁੰਦੇ ਨੇ ਮੇਰੇ ਨਾਲ ਭਾਈ ਮजूद ਆ ਜਿਨ੍ਹਾਂ ਨੇ ਜਗਾ ਦਾਣ ਦਿੱਤੀ ਜਾਂ ਮਸਜਿਦ ਬਣਾਉਣ ਦੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਭਾਈ ਜੀ ਬਹੁਤ ਬਹੁਤ ਸਵਾਗਤ ਆ ਪ੍ਰਾਈਮਰੀ ਸਟੀਵੀ ਧੰਨਵਾਦ ਜੀ ਭਾਈ ਜੀ ਬਹੁਤ ਸੋਹਣੀ ਤੁਸੀਂ ਸੋਚ ਰੱਖੀ ਕਿ ਇੱਕ ਮੁਸਲਮਾਨ ਵੀਰ ਤੁਹਾਡੇ ਪਿੰਡ ਦੇ ਵਿੱਚ ਸੀਗੇ ਜਿਹੜੇ ਉਹਨਾਂ ਲਈ ਮਸਜਿਦ ਨਹੀਂ ਹੈਗੀ ਸੀ ਪਿੰਡ ਦੇ ਵਿੱਚ ਤੁਸੀਂ ਮਸਜਿਦ ਬਣਾਉਣ ਦੇ ਲਈ ਜਗਾ ਦਿੱਤੀ ਆ ਕਿਵੇਂ ਮਨ ਦੇ ਵਿੱਚ ਆਇਆ ਕਿਵੇਂ ਇਹ ਸੋਚ ਸੀਗੀ ਕਿ ਮੁਸਲਮਾਨ ਵੀਰਾਂ ਦੇ ਲਈ ਅਸੀਂ ਜਗ੍ਹਾ ਜਿਹੜੀ ਧਾਨ ਦੇਣੀ ਹੈ ਅ ਇੱਕ ਤਾਂ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਜੀ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਤੇ ਪ੍ਰਮਾਤਮਾ ਦੇ ਬਣਾਏ ਹੋਏ ਮਨੁੱਖ ਜਿਹੜੇ ਨੇ ਸਾਰੇ ਇੱਕੋ ਨੇ ਤੇ ਵੇ ਬੇਸ਼ੱਕ ਉਹ ਵੱਖ-ਵੱਖ ਧਰਮਾਂ ਨੂੰ ਨਾਲ ਸੰਬੰਧਿਤ ਨੇ ਤੇ ਸਾਡੇ 9-10 ਮੁਸਲਮ ਘਰ ਨੇ ਜਿਹੜੇ ਇੱਥੇ ਮੇਰੇ ਪਿੰਡ ਦੇ ਵਿੱਚ ਵਾਸ ਕਰਦੇ ਨੇ ਉਹਨਾਂ ਦੇ ਕੋਲ ਰੱਬ ਦਾ ਨਾਮ ਲੈਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਤੇ ਉਹ ਲਾਗਲੇ ਪਿੰਡ ਚੂੰਗਾ ਜਾਂ ਟੱਲੇਵਾਲ ਜਾ ਕੇ ਆਪਦੀ ਨਵਾਜ਼ ਜਿਹੜੀ ਸੀ ਉਹ ਪੜਦੇ ਸੀਗੇ ਤੇ ਮੈਨੂੰ ਇਹ ਹੋਇਆ ਕਿ ਸਾਡੇ ਪਿੰਡ ਦੇ ਵਿੱਚ ਵੀ ਇਹਨਾਂ ਮੁਸਲਮ ਭਰਾਵਾਂ ਦੇ ਲਈ ਰੱਬ ਦਾ ਨਾਮ ਲੈਣ ਵਾਸਤੇ ਕੋਈ ਜਗ੍ਹਾ ਚਾਹੀਦੀ ਆ ਸਾਡੇ ਕੋਲ ਜਗ੍ਹਾ ਸੀ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਇਹਨਾਂ ਨੂੰ ਇਹ ਮੁਫਤੇ ਵਿੱਚ ਮਸਜਿਦ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕਸ਼ ਇਸ ਤਰ੍ਹਾਂ ਹੋਇਆ ਤੇ ਮੈਂ ਇਹਨਾਂ ਦੇ ਇਹ ਜਗ੍ਹਾ ਸਪੁਰਦ ਕਰ ਦਿੱਤੀ ਤਾ ਪਰਿਵਾਰ ਨੇ ਕੀ ਕਿਹਾ ਜਦਨੇ ਤੁਸੀਂ ਫੈਸਲਾ ਲਿਆ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਮੈਂ ਫੈਸਲਾ ਲਿਆ ਤੇ ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਆਪਣੀ ਜਗ੍ਹਾ ਦੇ ਉੱਪਰ ਰੱਬ ਦਾ ਨਾਮ ਲੈਣ ਵਾਸਤੇ ਕੋਈ ਜਗ੍ਹਾ ਬਣੇਗੀ ਜੀ ਜਦੋਂ ਮੁਸਲਮਾਨ ਵੀਰਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੁਸੀਂ ਕਿ ਅਸੀਂ ਜਗ੍ਹਾ ਦੇਣੀ ਆ ਤਾਂ ਫਿਰ ਉਹਨਾਂ ਨੇ ਕੀ ਕਿਹਾ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਸੀ ਮੈਂ ਉਹਨਾਂ ਨਾਲ ਸੰਪਰਕ ਕੀਤਾ ਤੇ ਸੰਪਰਕ ਕਰਨ ਤੋਂ ਲਗਭਗ ਇਹਨਾਂ ਨੇ ਮੈਨੂੰ ਹਾਂ ਕਹੀ ਕਿ ਹਾਂ ਅਸੀਂ ਮਸਜਿਦ ਬਣਾਉਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਜਗ੍ਹਾ ਹੈ ਨਹੀਂ ਤੇ ਮੈਂ ਉਹਨਾਂ ਨੂੰ ਫ੍ਰੀ ਆਫ ਕੋਸਟ ਇਹ ਜਿਹੜੀ ਜਗ੍ਹਾ ਦਿੱਤੀ ਹੈ ਤੇ ਦੋ ਕੁ ਮਹੀਨੇ ਲੱਗੇ ਪ੍ਰੋਸੈਸ ਨੂੰ ਰਜਿਸਟਰੀ ਨੂੰ 2 ਦਸੰਬਰ ਨੂੰ ਮੇਰੇ ਰਜਿਸਟਰੀ ਇਹ ਨੂਰਾਨੀ ਮਸਜਿਦ ਇਹਨਾਂ ਨੇ ਜੋ ਕਮੇਟੀ ਬਣਾ ਕੇ ਦਾ ਨਾਮ ਰੱਖਿਆ ਸੀ ਉਹਦੇ ਨਾਮ 2 ਦਸੰਬਰ ਨੂੰ ਰਜਿਸਟਰੀ ਕਰਵਾ ਦਿੱਤੀ ਸੀ ਕੀ ਲੱਗਦਾ ਬਾਈ ਇੰਨੇ ਪਿਆਰ ਮੁਹੱਬਤ ਦੇ ਨਾਲ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਇੰਨੀ ਸੁਣੀ ਤੁਹਾਡੀ ਸੋਚ ਹੈ ਪਰ ਲੀਡਰਾਂ ਵੱਲੋਂ ਗੱਲਾਂ ਕਰੀਆਂ ਜਾਂਦੀਆਂ ਕੋਈ ਕਹਿੰਦਾ ਕਿ ਸਾਡੇ ਧਰਮ ਨੂੰ ਖਤਰਾ ਕੋਈ ਕਹਿੰਦਾ ਕਿ ਹਿੰਦੂਆਂ ਨੂੰ ਖਤਰਾ ਕੋਈ ਕਹਿੰਦਾ ਮੁਸਲਮਾਨਾਂ ਨੂੰ ਖਤਰਾ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਮੁਸਲਮਾਨ ਵੀਰ ਵੀ ਰਹਿੰਦੇ ਆ ਆਪਸ ਵਿੱਚ ਕਿਵੇਂ ਰਹਿੰਦੇ ਹੋ ਤੁਸੀਂ ਆ ਆਪਸ ਵਿੱਚ ਸਾਰੇ ਤਰ ਮੇਲ ਮਲਾਪ ਨਾਲ ਰਹਿੰਦੇ ਨੇ ਔਰ ਕਿਸੇ ਮਨੁੱਖ ਤੋਂ ਮਤਲਬ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਚਾਹੀ ਸਿੱਖਾਂ ਨੂੰ ਮੁਸਲਮਾਨਾਂ ਤੋਂ ਮੁਸਲਮਾਨਾਂ ਨੂੰ ਸਿੱਖਾਂ ਤੋਂ ਸਿੱਖਾਂ ਨੂੰ ਹਿੰਦੂਆਂ ਤੋਂ ਕੋਈ ਖਤਰਾ ਨਹੀਂ ਔਰ ਜੇ ਲੀਡਰ ਇਹ ਸੋਚਦੇ ਨੇ ਤਾਂ ਉਹ ਖਤਰੇ ਸਾਰੇ ਲੀਡਰਾਂ ਨੇ ਪੈਦਾ ਕੀਤੇ ਹੋਏ ਨੇ ਉਹ ਪਬਲਿਕ ਨੂੰ ਪ੍ਰਕਾਰ ਰਹੇ ਨੇ ਆਪਣੀਆਂ ਕੁਰਸੀਆਂ ਨੂੰ ਮਹਫੂਜ਼ ਰੱਖਣ ਦੀ ਖਾਤਰ ਤੇ ਵੱਡਾ ਟੁੱਕੀ ਵੀ ਕਰਵਾਉਂਦੇ ਨੇ ਕਤਲੋਗਾਰਦ ਵੀ ਕਰਵਾਉਂਦੇ ਨੇ ਅਸੀਂ 47 ਵੀ ਦੇਖਿਆ 84 ਵੀ ਦੇਖਿਆ ਔਰ ਗੋਦਰਾ ਕਾਂਡ ਵਰਗੇ ਜਿਹੜੇ ਕਾਂਡ ਉਹ ਵੀ ਦੇਖੇ ਨੇ ਕਤਲਿਆਮ ਦੇ ਉਹ ਸਾਰੇ ਕੁਰਸੀ ਦੀ ਖਾਤਰ ਹੋਏ ਨੇ ਆਪਣੀਆਂ ਵੋਟਾਂ ਨੂੰ ਮਹਜਬੂਜ਼ ਕਰਨ ਦੇ ਲਈ ਔਰ ਜੇ ਪਬਲੀਕਲੀ ਦੇਖੀਏ ਤਾਂ ਕਿਸੇ ਧਰਮ ਦਾ ਦੂਸਰੇ ਧਰਮ ਪ੍ਰਤੀ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੋਈ ਪਾੜਾ ਨਹੀਂ ਹੈ ਤਾਂ ਇੱਥੇ ਮੁਸਲਮਾਨ ਵੀਰਾਂ ਦੇ ਆਗੂ ਸਹਿਬਾਨ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਤੁਸੀਂ ਆਇਓ ਜੀ ਇੱਥੇ ਮੁਸਲਮਾਨ ਪਰਿਵਾਰਾਂ ਲਈ ਮੁਸਲਮਾਨਾਂ ਦੇ ਲਈ ਜਗ੍ਹਾ ਦਿੱਤੀ ਹੈ ਬਾਈ ਜੀ ਨੇ ਦਾਨ ਸਿੱਖ ਸਿੱਖ ਪਰਿਵਾਰ ਨੇ ਦਾਨ ਦਿੱਤੀ ਹੈ ਜਗ੍ਹਾ ਤਾਂ ਕੀ ਕਹੋਗੇ ਬਹੁਤ ਖੁਸ਼ੀ ہوئی ਹੈ ਮੈਂ ਅੱਗੇ ਵੀ ਜਾਂਦਾ ਰਹਿਣਾ ਐਸੇ ਪ੍ਰੋਗਰਾਮਾਂ ਦੇ ਅੰਦਰ ਤਾਂ ਮੈਂ ਹੀ ਕਹਿਣਾ ਹੁਣਾ ਕਿ ਜਦੋਂ ਵੀ ਇਸ ਪਿੰਡ ਦਾ ਇਹ ਇਤਿਹਾਸ ਲਿਖਿਆ ਜਾਵੇਗਾ ਤਾਂ ਉਹਦੇ ਅੰਦਰ ਇਨਸ਼ਾਅੱਲਾ ਇਹ ਵੀ ਲਿਖਿਆ ਜਾਣਾ ਹੈ ਕਿ ਇਹ ਜੋ ਮਸਜਿਦ ਬਣੀ ਹੈ ਇਹ ਇੱਕ ਸਿੱਖ ਪਰਿਵਾਰ ਦੇ ਨੌਜਵਾਨ ਅਮਰਦੀਪ ਸਿੰਘ ਰਾਏ ਜੀ ਨੇ ਉਹਨਾਂ ਨੇ ਫ੍ਰੀ ਆਫ ਕੋਸਟ ਇਹ ਜਗਾ ਮਸਜਿਦ ਦੇ ਵਾਸਤੇ ਦਿੱਤੀ ਔਰ ਮੁਸਲਮਾਨਾਂ ਦੇ ਹਵਾਲੇ ਕੀਤੀ ਤੋਂ ਇਹਦੇ ਨਾਲ ਸਾਰਿਆਂ ਦੇ ਅੰਦਰ ਜਿਸ ਤਰ੍ਹਾਂ ਸਾਡੀ ਮੁੱਢ ਕਦੀਮ ਤੋਂ ਆਪਸ ਦੇ ਅੰਦਰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਜੋ ਚੱਲਿਆ ਆ ਰਿਹਾ ਹੈ ਉਹਦੇ ਅੰਦਰ ਹੋਰ ਇਹ ਸਾਂਝ ਵਧੀ ਹੈ ਕੋਈ ਕਟਈ ਨਹੀਂ ਹੈ ਦੇਸ਼ ਦੇ ਵਿੱਚ ਬੜਾ ਰੌਲਾ ਪੈਂਦਾ ਧਰਮ ਨੂੰ ਲੈ ਕੇ ਤਾਂ ਪਰ ਪਿੰਡਾਂ ਦੇ ਵਿੱਚ ਹਾਲਾਤ ਇਹ ਆ ਗਰਾਉਂਡ ਤੇ ਆਪਣੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਆ ਸਾਂਝੀ ਵਾਲਤਾ ਦਾ ਬਦੇ ਸ਼ਹਿਰ ਕੋਈ ਧਰਮ ਦਿੰਦਾ ਹੈ ਪਰਾ ਜਿਹੜੇ ਲੀਡਰ ਵੱਲੋਂ ਬਿਆਨ ਦਿੱਤੇ ਜਾਂਦੇ ਆ ਕਿ ਧਰਮ ਨੂੰ ਖਤਰਾ ਜਾਂ ਹਿੰਦੂ ਸਿੱਖ ਹਿੰਦੂ ਮੁਸਲਮਾਨ ਦੇ ਨਾਂ ਤੇ ਜਿਹੜੇ ਦੰਗੇ ਵਸਾਦ ਹੁੰਦੇ ਆ ਕੀ ਲੱਗਦਾ ਕੀ ਆ ਕਿ ਲੀਡਰ ਕੁਸ਼ੋਰ ਕਹਿੰਦੇ ਆ ਪਰ ਤੁਸੀਂ ਸਾਰੇ ਨਾਲ ਮਿਲ ਕੇ ਰਹਿੰਦੇ ਹੋ ਹਰ ਬੰਦਾ ਆਪਣੀ ਸੋਚ ਦੇ ਮੁਤਾਬਿਕ ਜੋ ਉਸ ਦੇ ਅੰਦਰ ਹੁੰਦਾ ਹੈ ਉਸ ਨੂੰ ਬਾਹਰ ਕੱਢਦਾ ਹੈ ਜਿਸ ਬਰਤ ਦੇ ਅੰਦਰ ਜੋ ਚੀਜ਼ ਹੋ ਵੀ ਗੋ ਉਸ ਤੋਂ ਬਾਹਰ ਨਿਕਲੇਗੀ ਇਸ ਕਰਕੇ ਲੀਡਰਾਂ ਦੀ ਸੋਚ ਇਹੀ ਹੈ ਕਿ ਉਹਨਾਂ ਨੂੰ ਆਪਣਾ ਖਤਰਾ ਆਪਣੀ ਕੁਰਸੀ ਦਾ ਖਤਰਾ ਹੈ ਆਪਣੇ ਜੋ ਵੀ ਫੰਡਸ ਵਗੈਰਾ ਨੇ ਉਹਨਾਂ ਦਾ ਖਤਰਾ ਹੈ ਜਾਂ ਹੋਰ ਚੀਜ਼ਾਂ ਦਾ ਤੋ ਸੋਚਨੇ ਸ਼ਾਇਦ ਲੋਕਾਂ ਨੂੰ ਵੀ ਇਸੇ ਤਰ੍ਹਾਂ ਖਤਰਾ ਹੋਗਾ ਲੇਕਿਨ ਆਗਰ ਜਦੋਂ ਅਸੀਂ ਲੋਕਾਂ ਦੇ ਅੰਦਰ ਜਾਵਾਂਗੇ ਤਾਂ ਉਹਨਾਂ ਦੇ ਮੇਲ ਮਿਲਾਪ ਨੂੰ ਪਿਆਰ ਮੁਹੱਬਤ ਨੂੰ ਦੇਖਾਂਗੇ ਫਿਰ ਅਸਲ ਚ ਹਕੀਕਤ ਫਿਰ ਸਾਨੂੰ ਸਮਝ ਜੰਦਰ ਆਉਂਦੀ ਹੈ ਜਦ ਤੱਕ ਅਸੀਂ ਲੋਕਾਂ ਦੇ ਅੰਦਰ ਨਹੀਂ ਉਤਰਦੇ ਉਹਨਾਂ ਦੇ ਨਾਲ ਨਹੀਂ ਵਿਚਰਦੇ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਹਕੀਕਤ ਕੀ ਹੈ ਤੋ ਹਕੀਕਤ ਇਹੀ ਹੈ ਤੁਸੀਂ ਕਿਸੇ ਵੀ ਇਲਾਕੇ ਦੇ ਅੰਦਰ ਜਾ ਕੇ ਦੇਖ ਲਓ ਕਿ ਉੱਥੇ ਸਾਰੇ ਧਰਮਾਂ ਦੇ ਲੋਕ ਆਪਸ ਦੇ ਅੰਦਰ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਹਰ ਤਰ੍ਹਾਂ ਦੀਆਂ ਖੁਸ਼ੀਆਂ ਔਰ ਗਮੀਆਂ ਦੇ ਮੌਕੇ ਦੇ ਉੱਪਰ ਜਮਾ ਹੋ ਕੇ ਇਕੱਠੇ ਬੈਠ ਕੇ ਇਹ ਖਾਣਾ ਪੀਣਾ ਮਿਲ ਜੁਲ ਕੇ ਕੰਮ ਉਹ ਪਿਆਰ ਮੁਹੱਬਤ ਦੇ ਨਾਲ ਕਰਦੇ ਨੇ ਲੇਕਿਨ ਉਹ ਲੀਡਰਾਂ ਦੀ ਇੱਕ ਸੋਚ ਹੈ ਕਿ ਉਹ ਆਪਣੇ ਜਿਸ ਤਰ੍ਹਾਂ ਉਹਨਾਂ ਨੂੰ ਖਤਰਾ ਹੈ ਉਹ ਸੋਚ ਨੇ ਸ਼ਾਇਦ ਲੋਕਾਂ ਨੂੰ ਵੀ ਖਤਰਾ ਹੈ ਜਾਂ ਧਰਮ ਨੂੰ ਵੀ ਖਤਰਾ ਹੈ ਐਸਾ ਕੋਈ ਨਹੀਂ ਹੈ ਤਾ ਇੱਕ ਦੂਜੇ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਮੂਲੀਅਤ ਹੁੰਦੀ ਆ ਸਿੱਖਾਂ ਦੀ ਜਾਂ ਸਿੱਖਾਂ ਦੇ ਪ੍ਰੋਗਰਾਮਾਂ 'ਚ ਮੁਸਲਮਾਨਾਂ ਦੀ ਮੁਸਲਮਾਨਾਂ ਦੇ ਪ੍ਰੋਗਰਾਮ 'ਚ ਸਿੱਖਾਂ ਦੀ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹਾਂ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਹੀ ਸਭ ਤੋਂ ਵੱਡੀ ਮਿਸਾਲ ਇਸ ਵਕਤ ਹੈ ਕਿ ਇੱਕ ਪ੍ਰੋਗਰਾਮ ਹੈ ਧਾਰਮਿਕ ਵੀ ਹੈ ਖੁਸ਼ੀ ਦਾ ਵੀ ਹੈ ਔਰ ਇਹਨੂੰ ਅਗਰ ਦੇਖਿਆ ਜਾਵੇ ਤਾਂ ਇੱਕ ਮੁਸਲਮ ਧਰਮ ਦੀ ਜੋ ਮਸਜਿਦ ਜਿਹਨੂੰ ਇਬਾਦਤਗਾਹ ਹੈ ਕਿ ਇਸ ਦਾ ਤਾਲੁਕ ਮੁਸਲਮਾਨਾਂ ਦੇ ਨਾਲ ਹੈ ਲੇਕਿਨ ਸਾਡੇ ਸਿੱਖ ਵੀਰ ਦੇਖੋ ਤੁਸੀਂ ਆਲੇ-ਦਾਲੇ ਕਿੰਨੇ ਜ਼ਿਆਦਾ ਤਾਦਾਦ ਦੇ ਅੰਦਰ ਖੜੇ ਨੇ ਤੋ ਇਹ ਸਾਂਝ ਹੈ ਇਸੇ ਤਰ੍ਹਾਂ ਹਰ ਜਗ੍ਹਾ ਕੋਈ ਵੀ ਇਹ ਤਾਂ ਇੱਕ ਧਾਰਮਿਕ ਪ੍ਰੋਗਰਾਮ ਲਗਾ ਲੋ ਵੈਸੇ ਵੀ ਆਗਰ ਪਿੰਡਾਂ ਦੇ ਅੰਦਰ ਕੋਈ ਖੁਸ਼ੀ ਦਾ ਮੌਕਾ ਹੈ ਵਿਆਹ ਸ਼ਾਦੀ ਦਾ ਮੌਕਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈ ਜਾਂ ਕੋਈ ਗਮੀ ਦਾ ਮੌਕਾ ਹੈ ਤਾਂ ਉੱਥੇ ਸਾਰੇ ਲੋਕ ਇੱਕ ਦੂਸਰੇ ਦੀ ਖੁਸ਼ੀ ਔਰ ਗਮੀ ਦੇ ਅੰਦਰ ਸ਼ਰੀਕ ਹੁੰਦੇ ਨੇ ਤਾਂ ਇਸ ਪਿੰਡ ਦੇ ਜਿਹੜੇ ਮੁਸਲਮਾਨ ਵੀਰੋ ਕਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਪਾਂ ਕਿ ਉਹਨਾਂ ਨੂੰ ਕਿਵੇਂ ਲੱਗਿਆ ਤਾਂ ਅਜਰਾ ਜੀ ਤਾਂ ਬੱਪੂ ਜੀ ਤੁਸੀਂ ਇਸ ਪਿੰਡ ਦੇੋਂ ਮਸਜਿਦ ਲਈ ਜਗ੍ਹਾ ਮਸਜਿਦ ਹੈ ਨਹੀਂ ਸੀ ਪਿੰਡ ਦੇ ਵਿੱਚ ਤਾਂ ਹੁਣ ਬਾਈ ਹੁਣਾਂ ਨੇ ਦਾਨ ਦਿੱਤੀ ਜਗ੍ਹਾ ਮਸਜਿਦ ਬਣ ਜੂ ਕਿਵੇਂ ਲੱਗ ਰਿਹਾ ਵਧੀਆ ਜੀ ਅਸੀਂ ਅੱਗੇ ਲਾਗੇ ਪਿੰਡ ਜਾਂਦੇ ਸੀਗੇ ਉੱਥੇ ਸਾਨੂੰ ਬਹੁਤ ਰਾਤ ਨੂੰ ਜਾਂਦੇ ਰੋਜ਼ਾਂ ਦੇ ਮਹੀਨੇ ਬਹੁਤ ਤੰਗ ਹੁੰਦੇ ਸੀਗੇ ਮਹੀਨਾ ਰੋਜ਼ਾਂ ਦੇ ਮਹੀਨੇ ਸਾਨੂੰ ਜਾਣਾ ਪੈਂਦਾ ਸੀ ਇਸ ਗਵਾਂਡੀ ਪਿੰਡ ਪਹਿਲਾਂ ਜਾਂਦੇ ਸੀ ਹਾਂ ਜੀ ਇੱਥੇ 4-3 ਕਿਲੋਮੀਟਰ ਉੱਥੇ ਰਾਤ ਨੂੰ ਜਾਂਦੇ 11-11 12 ਵਜੇ ਆਉਂਦੇ ਅਸੀਂ ਮੁੜ ਕੇ ਤੇ ਜਦੋਂ ਮੀਨ ਏਰੀਆ ਆ ਜਾਂਦੀ ਉਹ ਤਾਂ ਬਹੁਤ ਪਰਥਾਨੀ ਆਉਂਦੀ ਇਹ ਬਹੁਤ ਵਧੀਆ ਹੋਇਆ ਅਲਾ ਦਾ ਘਰ ਬਣ ਜੂਗਾ ਇਹ ਰੱਬ ਦਾ ਘਰ ਪਰ ਖੁਸ਼ੀ ਹੈ ਪਰ ਸਾਰੇ ਪਰਿਵਾਰਾਂ ਦੇ ਵਿੱਚ ਹੀ ਆ ਜੀ ਪੂਰੀ ਖੁਸ਼ੀ ਜੀ ਜੀ ਤਾਂ ਇੱਥੇ ਬਾਈ ਜੀ ਲੋਕਲ ਨੇ ਜਿਹੜੇ ਉਹਨਾਂ ਨੇ ਵੀ ਗੱਲਬਾਤ ਕਰ ਲੰਨੇ ਆ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਤਾਂ ਤੁਸੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੋ ਇੱਥੇ ਮੁਸਲਮਾਨ ਵੀ ਦੇ ਵੀ ਰਹਿੰਦੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਸਾਰੇ ਰਲ ਮਿਲ ਕੇ ਰਹਿੰਦੇ ਹੋ ਬਹੁਤ ਚੰਗੀ ਗੱਲ ਆ ਤੇ ਇੱਥੇ ਜਿਹੜੀ ਜਗ੍ਹਾ ਦਿੱਤੀ ਹੈ ਦਾਨ ਬਾਈ ਉਹਨਾਂ ਨੇ ਕੀ ਕਹੋਗੇ ਤੇ ਮੈਂ ਜੀ ਮਨਜੀਤ ਸਿੰਘ ਪੁੱਤਰ ਸਰਦਾਰ ਸਾਧੂ ਸਿੰਘ ਗੁਰਦੁਆਰਾ ਕਮੇਟੀ ਦਾ ਤਕਰੀਬਨ 20 ਸਾਲ ਤੋਂ ਸੇਵਾ ਕਰ ਰਿਹਾ ਜੋ ਇਹ ਜਗਾ ਦਿੱਤੀ ਆ ਇਹ ਮੇਰੇ ਭਰਾ ਹੀ ਹਨ ਮੇਰੇ ਚਾਚਾ ਜੀ ਦੇ ਲੜਕੇ ਨੇ ਮਾਸਟਰ ਅਮਨਦੀਪ ਸਿੰਘ ਜੀ ਰਾਏ ਜੋ ਇਹਨਾਂ ਨੇ ਜਗਾ ਦਿੱਤੀ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਜੀ ਸਾਡਾ ਇਹਨਾਂ ਵੀਰਾਂ ਨਾਲ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਪਿਆਰ ਆ ਮੁਸਲਮਾਨਾਂ ਨਾਲ ਸਾਰੇ ਪਰਿਵਾਰ ਨਾਲ ਹੀ ਤੇ ਜੋ ਇਹਨਾਂ ਨੇ ਗੁਰੂ ਘਰ ਗੁਰੂ ਘਰੀ ਸਮਝੋ ਜੀ ਇਹ ਵੀ ਤੇ ਇਹਨਾਂ ਦੇ ਪਰਿਵਾਰ ਚੋਂ ਹੀ ਜੋ ਸਾਡੇ ਗੁਰੂ ਘਰ ਨੇਗੇ ਉਹ ਇਹਨਾਂ ਦੇ ਪਰਿਵਾਰ ਚੋਂ ਹੀ ਜ਼ਮੀਨ ਜੀ ਉਹਨਾਂ ਨੇ ਵੀ ਦਿੱਤੀ ਸੀ ਇਸ ਕਰਕੇ ਇਹਨਾਂ ਦੀ ਜਿਹੜੀ ਸੋਚ ਆ ਮੈਨੂੰ ਬਹੁਤ ਵਧੀਆ ਲੱਗੀ ਆ ਜੀ ਕਿਉਂਕਿ ਇਹਨਾਂ ਵੀਰਾਂ ਕੋਲੇ ਜਗ੍ਹਾ ਹੈ ਨਹੀਂ ਸੀ ਇਹ ਲਾਗਲੇ ਪਿੰਡਾਂ ਜਾਂਦੇ ਸੀ ਰਾਤ ਬਰਾਤ ਤੇ ਵੀ ਜਾਣਾ ਪੈਂਦਾ ਸੀ ਤੇ ਜਿਵੇਂ ਅੱਜ ਕੱਲ੍ਹ ਹਾਲਾਤ ਖਰਾਬ ਨੇ ਜੀ ਉਸ ਤਰ੍ਹਾਂ ਬਹੁਤ ਹੀ ਭਿਆਨਕ ਵਾਪਰੇ ਕਟਣਾ ਵਾਪਰ ਸਕਦੀ ਸੀ ਪਰ ਹੁਣ ਸਾਡੇ ਪਿੰਡ ਵਿੱਚ ਜੇ ਮੇਰੇ ਵੀਰ ਨੇ ਜਗ੍ਹਾ ਦਿੱਤੀ ਆ ਸਾਡੇ ਪਿੰਡ ਵਿੱਚ ਇਹ ਮਸਜਿਦ ਬਣ ਰਹੀ ਆ ਜੀ ਤਾਂ ਕਿ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ ਤਾਂ ਤੁਸੀਂ ਗੁਰਦਰਾ ਸਾਹਿਬ ਦੇ ਸੇਵਾਦਾਰ ਹੋ ਤੇ ਇੱਥੇ ਮੁਸਲਮਾਨ ਪਰਿਵਾਰ ਵੀ ਤੁਹਾਡੇ ਪਿੰਡ ਰਹਿੰਦੇ ਆ ਰਲ ਮਿਲ ਕੇ ਰਹਿੰਦੇ ਹੋ ਸਾਰੇ ਇੱਕ ਦੂਜੇ ਦੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ 'ਚ ਸ਼੍ਰੀਕ ਹੁੰਦੇ ਆ ਹਾਂਜੀ ਹਾਂਜੀ ਅਸੀਂ ਪਹਿਲਾਂ ਤੋਂ ਹੀ ਸਾਡਾ ਬਹੁਤ ਪਿਆਰ ਆ ਜੀ ਇਸ ਪਰਵਾਰ ਨਾਲ ਖੁਸ਼ੀ ਗਮੀ 'ਚ ਦੁੱਖ ਦੇ ਸੁੱਖ ਦੇ ਅਸੀਂ ਵੀ ਇਹਨਾਂ ਦੇ ਨਾਲ ਜੰਨੇ ਆ ਤੇ ਇਹ ਵੀ ਸਾਡੇ ਚ ਆ ਕੇ ਖੜਦੇ ਆ ਜੀ ਬਹੁਤ ਚਿਰ ਤੋਂ ਹੀ ਸਾਡਾ ਬਹੁਤ ਲੰਬੇ ਸਮੇਂ ਤੋਂ ਜੀ ਇਹਨਾਂ ਨਾਲ ਪਿਆਰ ਹੈਗਾ ਭਾਈ ਜੀ ਅਖੀਰ ਦੇ ਵਿੱਚ ਤੁਸੀਂ ਕੀ ਕਹੋਗੇ ਤੁਸੀਂ ਅ ਜਗਾ ਦਿੱਤੀ ਆ ਜਿਹੜੇ ਮੁਸਲਮਾਨ ਸਿੱਖ Hindu ਮੁਸਲਮ ਸਿੱਖ ਜਿਹੜੇ ਨਾਲ ਮਿਲ ਕੇ ਰਹਿੰਦੇ ਆ ਪਰਿਵਾਰ ਕੀ ਕਹੋਗੇ ਪੰਜਾਬ ਦੇ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹੋ ਸਨੇਹਾ ਇਹ ਹੀ ਆ ਜੀ ਮਤਲਬ ਜਿਸ ਤਰ੍ਹਾਂ ਅਸੀਂ ਇਸ ਪਿੰਡ ਦੇ ਵਿੱਚ ਮੁਸਲਮ Hindu ਔਰ ਸਿੱਖ ਭਰਾ ਨਾਲ ਮਿਲ ਕੇ ਰਹਿੰਦੇ ਆ ਤੇ ਸਭ ਨੂੰ ਇਨਸਾਨੀਅਤ तौर ਤੇ ਨਾਲ ਮਿਲ ਕੇ ਰਹਿਣਾ ਚਾਹੀਦਾ ਕੋਈ ਧਰਮ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਤੇ ਉਹਦੇ ਉੱਪਰ ਸਾਨੂੰ ਪਹਿਰਾ ਦੇਣਾ ਚਾਹੀਦਾ ਤੇ ਕੋਈ ਢਕਾਉ ਉਵਾਜੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਕਿ ਫਲਾਨਾ ਧਰਮ ਚੰਗਾ ਹੈ ਜਾਂ ਮਾੜਾ ਹੈ ਇਸ ਤਰ੍ਹਾਂ ਦਾ ਕੋਈ ਮਤਲਬ ਮੰਦੇਬ ਸੋਚ ਵੀ ਨਹੀਂ ਲਾਉਣੀ ਚਾਹੀਦੀ ਸਾਰੇ ਰਲ ਮਿਲ ਕੇ ਆਪ ਤਾਂ ਜੀਵਨ ਬਸਰ ਕਰਨਾ ਚਾਹੀਦਾ ਸਾਰੇ ਸਾਰੇ ਮਨੁੱਖ ਇੱਕ ਨੇ ਸਭ ਨੂੰ ਜਿਉਣ ਦਾ ਅਧਿਕਾਰ ਹੈ ਸਭ ਦੇ ਕਾਨੂੰਨ ਮੁਤਾਬਕ ਅਧਿਕਾਰ ਵੀ ਜਿਹੜੇ ਕਾਨੂੰਨੀ ਨੇ ਉਹ ਇੱਕੋ ਹੀ ਨੇ ਤਾਂ ਬਾਪੂ ਜੀ ਤੁਸੀਂ ਕੀ ਕਹੋਗੇ ਜੀ ਜੋ ਅੱਜ ਜਗਾ ਦਿੱਤੀ ਹੈ ਬਾਈ ਹੁਣਾਂ ਨੇ ਸਿੱ Hindu ਮੁਸਲਮ ਤੁਸੀਂ ਸਿੱਖ ਸਾਰੇ ਸਾਰੇ ਰਲ ਮਿਲ ਕੇ ਰਹਿੰਦੇ ਹੋ ਪਿੰਡ ਦੇ ਵਿੱਚ ਮੁਸਲਮਾਨ ਵੀਰ ਵੀ ਰਹਿੰਦੇ ਆ ਪਰ ਪਿੰਡ ਦੇ ਵਿੱਚ ਕੀ ਕਹੋਗੇ ਮੈਂ ਤਾਂ ਆਪਣੇ ਵੱਲੋਂ ਇਹੀ ਕਹੂੰ ਕਿ ਇਹ ਇੱਕ ਇਸ ਨੌਜਵਾਨ ਦਾ ਬਹੁਤ ਚੰਗਾ ਉਦਮ ਹੈ ਜੋ ਫਿਰ ਕਹਿੰਦੇ ਹੋ ਬੰਡੀ ਹੋਈ ਦੁਨੀਆ ਉਹਦੇ ਲਈ ਇੱਕ ਸਨੇਹ ਹੈ ਕਿ ਜੇ ਤੁਸੀਂ ਮਿਲ ਕੇ ਰਹੋਗੇ ਤਾਂ ਬਹੁਤ ਚੰਗੀ ਗੱਲ ਹੈ ਚੰਗਾ ਉਦਮ ਹੈ ਤੁਹਾਡੇ ਮੈਡਮ ਦੇ ਮਾਧਮ ਦੇ ਉਦਾਰਾ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦਾ ਕਿ ਸਾਡੇ 1947 ਚ ਗਏ ਹੋਏ ਬਜ਼ੁਰਗ ਹੈ ਜੀ ਪਾਕਿਸਤਾਨ ਦੇ ਰਹਿੰਦੇ ਨੇ ਪਾਕਪਟਨ ਜ਼ਿਲ੍ਹਾ ਉਹਨਾਂ ਦਾ ਹੌਲੀ-ਹੌਲੀ ਉਹਨਾਂ ਨੇ ਕਾਫੀ ਸਾਲਾਂ ਚ ਕੋਸ਼ਿਸ਼ ਕੀਤੀ ਇੱਥੇ ਸੰਪਰਕ ਕਰਿਆ ਅਸੀਂ ਉਹਨਾਂ ਲਈ ਭੋਲਾ ਸਿੰਘ ਨੇ ਨਾਲ ਮਦਦ ਪਰਿ ਭੋਲਾ ਖਾਨ ਨੇ ਅਸੀਂ ਉਹਨਾਂ ਨੂੰ ਸਪਾਂਸਰਸ਼ਿਪ ਦੇ ਕਾਗਜ਼ ਭੇਜੇ ਸੀ ਵੀ ਉਹ ਆ ਕੇ ਆਪਣਾ ਉਹਨਾਂ ਦੀ ਮਨੋ ਇੱਛਾ ਸੀ ਵੀ ਮੈਂ ਇੱਕ ਵਾਰ ਉਸ ਧਰਤੀ ਤੇ ਜਿੱਥੇ ਮੈਂ ਪੈਦਾ ਹੋਇਆ ਪਹੁੰਚ ਸਕਾਂ ਜੀ ਅਸੀਂ ਉਹਨਾਂ ਨੂੰ ਕਾਗਜ਼ ਭੇਜੇ ਸੀ ਪਰ ਸਰਕਾਰ ਨੇ ਪਤਾ ਨਹੀਂ ਕੀ ਕਾਰਨ ਕਿ ਉਹ 80 ਸਾਲ ਦੇ ਤੋਂ ਵੀ ਉੱਪਰ ਉਮਰ ਦੇ ਹੋਣਗੇ ਉਹਨਾਂ ਤੋਂ ਕੀ ਖਤਰਾ ਸਰਕਾਰਾਂ ਨੂੰ ਹੋ ਸਕਦਾ ਸੀ ਇੱਥੇ ਰਹਿੰਦੇ ਸੀਗੇ ਪਹਿਲਾਂ ਪਹਿਲਾਂ ਇਹ ਪਿੰਡ ਸੀ ਹਾਂਜੀ ਤੇ ਚਲੋ ਸਾਡਾ ਨਹੀਂ ਲੱਗਿਆ ਸਾਡੇ ਦੋਤਨ ਮੈਂਬਰਾਂ ਦਾ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲ ਗਿਆ ਸੀ ਉਹਨਾਂ ਦਾ ਸਾਡਾ ਕੈਨਸਲ ਹੋ ਗਿਆ ਸੀ ਉਹਨਾਂ ਨੂੰ ਉੱਥੇ ਮਿਲੇ ਬੜੇ ਪ੍ਰੇਮ ਨਾਲ ਉਹ ਆਪਣੇ ਘਟੋ ਘਟ 20 22 ਮੈਂਬਰਾਂ ਨੂੰ ਘਰਦਿਆਂ ਨੂੰ ਲੈ ਕੇ ਉਹ 10 ਘੰਟੇ ਦਾ ਸਫ਼ਰ ਕਰਕੇ ਇਹਨਾਂ ਨੂੰ ਆ ਕੇ ਮਿਲੇ ਸੀ ਉੱਥੇ ਮੈਂ ਤੁਹਾਡੇ ਇਸ ਮੀਡੀਆ ਦੇ ਰਾਹੀਂ ਸਨੇਹਾ ਦੇ ਨਾਂ ਚਾਹੁੰਨਾ ਕਿ ਜੋ ਵੀ ਇਸ ਤਰ੍ਹਾਂ ਦੇ ਵਿਚਾਰੇ ਬੈਠੇ ਨੇ ਜਾਂ ਇੱਧਰ ਬੈਠਿਆ ਜਾਂ ਉੱਧਰ ਬੈਠੇ ਆ ਸਰਕਾਰਾਂ ਨੂੰ ਮਨ ਖੁੱਲਾ ਕਰਕੇ ਉਹਨਾਂ ਨੂੰ ਮਿਲਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਉਹਨਾਂ ਜਿਹੜਾ ਮਨ ਦਾ ਬਲਬਲ ਇੱਕ ਪਰਿਵਾਰ ਬਾਪੂ ਜੀ ਰਹਿੰਦੇ ਸੀ ਇੱਥੇ ਮੁਸਲਮਾਨ ਪਹਿਲਾਂ 47 ਤੋਂ ਪਹਿਲਾਂ ਇਹ ਅਰਧਾ ਤੱਕ ਮੇਰੇ ਖਿਆਲ ਚ ਚਲੇ ਗਿਆ ਕੁਝ ਤਾਂ ਨੁਕਸਾਨ ਵੀ ਹੋ ਗਿਆ ਸੀਗਾ ਉਸ ਘੱਲੂ ਘਰੇ ਦੇ ਵਿੱਚ ਤੇ ਬਾਕੀ ਇਹ ਸਮਝੋ ਅਸਲਤ ਵਿੱਚ ਕੋਈ ਪਰਿਵਾਰ ਸੀ ਪਹਿਲਾਂ ਤਾਂ ਇਹ ਜਿਹੜੇ ਹੁਣ ਇੱਥੇ ਰਹੇ ਰਹੇ ਨੇ ਉਹਦੀਆਂ ਹੀ ਸ਼ਾਖਾਂ ਨੇ ਇਹ ਅੱਜ 10-12 ਪਰਿਵਾਰ ਬਣੇ ਹੋਏ ਆ ਤੇ ਉਸ ਵਕਤ ਵੀ ਸਾਰੇ ਪਿੰਡ ਨੇ ਇਹਨਾਂ ਦੀ ਜੋ ਸਿਆਣੇ ਬਜ਼ੁਰਗ ਸੀਗੇ ਉਹਨਾਂ ਨੇ ਇਹਨਾਂ ਦੀ ਹਰ ਤਰ੍ਹਾਂ ਨਾਲ ਪਰਵਰਸ ਕੀਤੀ ਮਦਦ ਕੀਤੀ ਜੋ ਇੱਕ ਬਹੁਤ ਚੰਗਾ ਉਦਮ ਸੀ ਜੀ ਤਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਐਡਾ ਜਿਹੜਾ ਵਧੀਆ ਕੰਮ ਕੀਤਾ ਅਸੀਂ ਸਜਦਾ ਕਰਦੇ ਹਾਂ ਤੁਹਾਡੀ ਸੋਚ ਨੂੰ ਕਿ ਤੁਸੀਂ ਇਹਨਾਂ ਚੰਗੀ ਸੋਚ ਸੋਚੀ ਅ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਏ ਤੇ ਇਸ ਇਵੈਂਟ ਨੂੰ ਕਵਰ ਕੀਤਾ ਤੇ ਤੁਹਾਡੇ ਹਾਜ਼ਰੀ ਦਾ ਮੇਰੇ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਤੇ ਸਾਰੇ ਪਿੰਡ ਦੀਆਂ ਸਹਾਣੀਆ ਸੰਸਥਾਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਭਾਈ ਅਮਨਦੀਪ ਵਕਤਗੜ ਪਿੰਡ ਤੋਂ ਆ ਬਰਨਾਲੇ ਦੇ ਲਾਗੇ ਪਿੰਡ ਆ ਜਿੱਥੇ ਇਨਸਾਨੀਅਤ ਦੀ ਜਲੀ ਨੇ ਗੱਲ ਕਰੀ ਆ ਅਰ ਆ ਆ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਗੱਲ ਕਹੀ ਆ ਭਾਈ ਚਰਕ ਸਾਂ ਜਿਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੀ ਆ ਭਾਵੇਂ ਉੱਪਰਲੇ ਲੈਵਲ ਤੇ ਲੀਡਰ ਕੁਝ ਵੀ ਬਿਆਨ ਦੇ ਦੇਣ ਪਰ ਲੋਕ ਆ ਜਿਹੜੇ ਉਹ ਇਕੱਠੇ ਰਹਿੰਦੇ ਆ ਲੋਕ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਆ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਰੀਕ ਹੁੰਦੇ ਆ ਧਰਮ ਚਾਹੇ ਕੋਈ ਵੀ ਆ ਹਰ ਇੱਕ ਇਨਸਾਨੀਅਤ ਦੀ ਕਦਰ ਕਰਦਾ ਹਰ ਇੱਕ ਚੰਗੇ ਇਨਸਾਨਾਂ ਦੀ ਜਿਹੜੀ ਗੱਲ ਕਰਦਾ ਹਰ ਹਰ ਕੋਈ ਰਲ ਮਿਲ ਕੇ ਰਹਿਣ ਦੀ ਗੱਲ ਕਰਦਾ ਤੇ ਬਾਪੂ ਨੇ ਕਿਹਾ ਕਿ 1947 ਤੋਂ ਪਹਿਲਾਂ ਵੀ ਇੱਥੇ ਮੁਸਲਮਾਨ ਪਰਿਵਾਰ ਰਹਿੰਦੇ ਸੀ ਪਰ ਬੰਡ ਨੇ ਜਿਹੜਾ ਨੁਕਸਾਨ ਪੰਜਾਬ ਦਾ ਕੀਤਾ ਉਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੜਾ ਨੁਕਸਾਨ ਹੱਸਦੇ ਬਸ ਦੇ ਪਰਿਵਾਰ ਉਹ ਦੋਜੜ ਗਏ ਸੀ ਪਰ ਲੋਕਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਬਿਰਤ ਨਹੀਂ ਲੋਕ ਜਿਹੜੇ ਨਾਲ ਮਿਲ ਕੇ ਰਹਿੰਦੇ ਅੱਜਕੱਲ੍ਹ ਉਦਾਹਰਣ ਤੁਹਾਨੂੰ ਦਿਖਾਈ ਹੈ ਕਿ ਇੱਕ ਮੁਸਲਮਾਨ ਪਰਿਵਾਰਾਂ ਦੇ ਲਈ ਇੱਕ ਸਿੱਖ ਪਰਿਵਾਰ ਨੇ ਜਿਹੜੀ ਆਪਣੀ ਜਗ੍ਹਾ ਦੇਣ ਦਿੱਤੀ ਆ ਤਾਂ ਜੋ ਉਹ ਆਪਣਾ ਇੱਥੇ ਮਸਜਿਦ ਬਣਾ ਸਕਣ ਤਾਂ ਬੜੀ ਚੰਗੀ ਸੋਚ ਆ ਲੋਕਾਂ ਦੀ ਜਿਹੜੇ ਆਪਸ ਵਿੱਚ ਨਾਲ ਮਿਲ ਕੇ ਰਹਿੰਦੇ ਨੇ ਭਾਵੇਂ ਬੜਾ ਕੁਝ ਦੇਸ਼ ਦੇ ਵਿੱਚ ਚੱਲਦਾ ਪਰ ਲੋਕ ਆ ਜਿਹੜੇ ਉਹ ਆਪਸ ਵਿੱਚ ਨਾਲ ਮਿਲ ਕੇ ਰਹਿੰਦੇ ਨੇ ਕਬਰਾ ਮੈਂ ਲਾਪਰੀ ਦੇ ਨਾਲ ਗਵਿੰਦਰ ਸਿੰਘ ਜੰਗੀ ਆਣਾ ਤੁਸੀਂ ਦੇਖਦਿਓ ਪ੍ਰਾਇਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ